ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਦੀ ਇਸ ਵੀਡੀਓ 'ਚ ਕਰਾਂਗੇ ਪੰਜਾਬੀ ਦਾ ਲੇਖ ਜਿਸ ਦਾ ਨਾਮ ਹੈ ਵਿਗਿਆਨ ਦੀਆਂ ਕਾਡਾਂ ਤੇ ਬੱਚਿਓ ਕਈ ਵਾਰੀ ਬੋਰਡ ਦੇ ਇਗਜ਼ਾਮ ਦੇ ਵਿੱਚ ਇਹੀ ਲੇਖ ਤੁਹਾਨੂੰ ਇਸ ਤਰ੍ਹਾਂ ਵੀ ਆ ਸਕਦਾ ਵਾ ਜਿਵੇਂ ਮਨੁੱਖ ਤੇ ਵਿਗਿਆਨ ਜਾਂ ਫਿਰ ਵਿਗਿਆਨ ਵਰ ਕੇ ਸਰਾਬ ਜਾਂ ਇਸ ਤਰ੍ਹਾਂ ਲਿਖਿਆ ਹੋਵੇਗਾ ਵਿਗਿਆਨ ਦੀ ਸੁਵਰਤੋ ਤੇ ਕੁਵਰਤੋ ਸਭ ਤੋਂ ਪਹਿਲੇ ਅਸੀਂ ਭੂਮਿਕਾ ਲਿਖਾਂਗੇ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ ਤੇ ਅਸੀਂ ਵਿਗਿਆਨ ਦੇ ਯੁੱਗ ਵਿੱਚ ਰਹਿ ਰਹੇ ਹਾਂ ਇਸ ਯੁੱਗ ਵਿੱਚ ਵਿਗਿਆਨ ਨੇ ਇੰਨੀ ਉન્નਤੀ ਕੀਤੀ ਹੈ ਕਿ ਇਸ ਨੇ ਦੁਨੀਆ ਦਾ ਚਿਹਰਾ ਮੋੜਾ ਹੀ ਬਦਲ ਕੇ ਰੱਖ ਦਿੱਤਾ ਹੈ ਵਿਗਿਆਨ ਵਿੱਚ ਹਰ ਰੋਜ਼ ਨਵੀਆਂ-ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਹਨ ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ ਜਿਸ ਦਿਨ ਕਿਸੇ ਵਿਗਿਆਨੀ ਨੇ ਆਪਣੀਆਂ ਕਾਢਾਂ ਨਾਲ ਸਾਨੂੰ ਹੈਰਾਨ ਨਾ ਕੀਤਾ ਹੋਵੇ ਦੂਸਰਾ ਪੁਆਇੰਟ ਆਏਗਾ ਵਿਗਿਆਨ ਦਾ ਵਿਕਾਸ ਜਿਹਦੇ ਵਿੱਚ ਲਿਖਦੇ ਹਾਂ ਜੇ ਅਸੀਂ ਪਿੱਛੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ ਸਮੇਂ ਦੇ ਮੁਕਾਬਲੇ ਅੱਜ ਵਿਗਿਆਨ ਨੇ ਕਿੰਨੀ ਤਰੱਕੀ ਕੀਤੀ ਹੈ ਵਿਗਿਆਨ ਦੀਆਂ ਮਿਹਰਬਾਨੀਆਂ ਜਿਵੇਂ ਅਨਾਜ ਉਗਾਉਣਾ ਘਰਾਂ ਵਿੱਚ ਚਾਨਣ ਕਰਨਾ ਸਰਦੀਆਂ ਵਿੱਚ ਇਹਨਾਂ ਨੂੰ ਨਿੱਗਾ ਅਤੇ ਗਰਮੀਆਂ ਵਿੱਚ ਠੰਡਾ ਕਰਨਾ ਆਦ ਨੇ ਮਨੁੱਖੀ ਜੀਵਨ ਨੂੰ ਆਰਾਮਦਾਇਕ ਬਣਾ ਦਿੱਤਾ ਹੈ ਮੁੱਖ ਦੀ ਗੱਲ ਵਿਗਿਆਨ ਨੇ ਸਾਡੇ ਜੀਵਨ ਦੇ ਹਰ ਪਾਕ ਉੱਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ ਨੈਕਸਟ ਪੁਆਇੰਟ ਆਏਗਾ ਮਨੋਰੰਜਨ ਜਿਸ ਚ ਲਿਖਾਂਗੇ ਮਨੋਰੰਜਨ ਦੇ ਖੇਤਰ ਵਿੱਚ ਤਾਂ ਵਿਗਿਆਨ ਨੇ ਚਮਤਕਾਰ ਹੀ ਕਰ ਦਿੱਤਾ ਹੈ ਉਹ ਆਦਮੀ ਜੋ ਕਦੀ ਮਨੋਰੰਜਨ ਵਾਸਤੇ ਘਰ ਤੋਂ ਬਾਹਰ ਆਸਰਾ ਲੱਭਦਾ ਫਿਰਦਾ ਸੀ ਅੱਜ ਟੈਲੀਵਿਜ਼ਨ ਤੇ ਰੇਡੀਓ ਨੇ ਉਸ ਨੂੰ ਇੱਕ ਕਿਸਮ ਦਾ ਅੰਦਰ ਹੀ ਬੰਦ ਕਰ ਦਿੱਤਾ ਹੈ ਫਿਲਮਾਂ ਨਾਟਕਾਂ ਤਮਾਸ਼ੇ ਖਬਰਾਂ ਨਵੇਂ-ਨਵੇਂ ਗੀਤਾਂ ਵਿਦਵਾਨਾਂ ਦੇ ਭਾਸ਼ਨ ਮੌਸਮ ਬਾਰੇ ਜਾਣਕਾਰੀ ਮੰਡੀਆਂ ਦੇ ਤਾਜ਼ਾ ਭਾਅ ਕਰ ਬੈਠਿਆ ਹੀ ਦੇਖ ਸੁਣ ਸਕਦੇ ਹਾਂ ਨੈਕਸਟ ਪੁਆਇੰਟ ਆਏਗਾ ਸਿਹਤ ਸਹੂਲਤਾਂ ਲਿਖਾਂਗੇ ਇਹਦੇ ਵਿੱਚ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਵਿਗਿਆਨ ਨੇ ਹੈਰਾਨੀ ਜਨਕ ਕਾੜਾਂ ਕੱਢ ਕੇ ਮਨੁੱਖ ਨੂੰ ਹੈਰਾਨ ਕਰ ਦਿੱਤਾ ਹੈ ਐਕਸ ਕਿਰਨਾਂ ਦੀਆਂ ਮਸ਼ੀਨਾਂ ਅਧਿਕ ਬਿਮਾਰੀਆਂ ਬਾਰੇ ਪਤਾ ਲਗਾ ਲੈਂਦੀਆਂ ਹਨ ਟੁੱਟੀਆਂ ਹੋਈਆਂ ਹੱਡੀਆਂ ਤੇ ਕਟਿਆ ਹੋਇਆ ਮਾਸ ਇਸ ਤਰ੍ਹਾਂ ਜੋੜ ਦਿੱਤਾ ਜਾਂਦਾ ਹੈ ਜਿਵੇਂ ਕਦੇ ਕੁਝ ਹੋਇਆ ਹੀ ਨਾ ਹੋਵੇ ਅੱਜ ਕੱਲ ਤਾਂ ਮਰੀਜ਼ ਦੇ ਗੁਰਦੇ ਆਧਵੀ ਬਦਲ ਦਿੱਤੇ ਜਾਂਦੇ ਹਨ ਮਲੇਰੀਆ ਚਿਕਕ ਅਤੇ ਹੈਜ਼ਾ ਆਦਿ ਬਿਮਾਰੀਆਂ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਕਾਫੀ ਹੱਦ ਤੱਕ ਕੈਂਸਰ ਦਾ ਇਲਾਜ ਵੀ ਲੱਭ ਚੁੱਕੇ ਹੈ ਨੈਕਸਟ ਆਏਗਾ ਆਵਾਜਾਈ ਦੇ ਸਾਧਨਾ ਵਿੱਚ ਦੇਣ ਕੀ ਵਿਗਿਆਨ ਨੇ ਆਵਾਜ਼ਾਈ ਤੇ ਸਾਧਨਾ ਚ ਕਿਹੜੀ ਦੇਣ ਪਾਈ ਹੈ ਲਿਖਾਂਗੇ ਕਦੇ ਕੋਈ ਸਮਾਸੀ ਜਦੋਂ ਮਨੁੱਖ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਲਈ ਘੰਟੇ ਨਹੀਂ ਸਗੋ ਕਈ ਦਿਨ ਮਹੀਨੇ ਲੱਗ ਜਾਂਦੇ ਸਨ ਪਰ ਅੱਜ ਮੋਟਰਾਂ ਰੇਲ ਗੱਡੀਆਂ ਹਵਾਈ ਤੇ ਸਮੁੰਦਰੀ ਜਹਾਜ਼ਾਂ ਨਾਲ ਕੁਝ ਘੰਟਿਆਂ ਵਿੱਚ ਹੀ ਅਸੀਂ ਦੁਨੀਆ ਜਾਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਪਹੁੰਚ ਸਕਦੇ ਹਾਂ ਟਵਾ ਟਵਾਈ ਪਹਿਲਾਂ ਨਾਲੋਂ ਕਾਫੀ ਆਸਾਨ ਹੋ ਗਈ ਹੈ ਤੇਜ਼ ਰਫ਼ਤਾਰ ਸਾਧਨਾ ਨੇ ਸਮੇਂ ਤੇ ਸਥਾਨ ਦੀ ਵਿਥ ਨੂੰ ਘਟਾ ਦਿੱਤਾ ਹੈ। ਨੈਕਸਟ ਪੁਆਇੰਟ ਆਏਗਾ ਛਾਪਖਾਨਾ। ਵਿਗਿਆਨ ਦੀ ਦਿਨstdcਾ ਸਵੇਰੇ-ਸਵੇਰੇ ਹੀ ਅਸੀਂ ਅਖਬਾਰਾਂ ਹੀ ਪੂਰੇ ਵਿਸ਼ਵ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਛਾਪਖਾਨੇ ਨੇ ਰਾਤੋ-ਰਾਤ ਲੱਖਾਂ ਦੀ ਗਿਣਤੀ ਵਿੱਚ ਅਖਬਾਰਾਂ ਛਾਪ ਦਿੰਦੇ ਹਨ। ਨੈਕਸਟ ਆਏਗਾ ਬਿਜਲੀ ਵਿਗਿਆਨ ਦੀ ਮੁੱਖ ਦੀਨ ਜਿਦੇ ਵਿੱਚ ਲਿਖਾਂਗੇ ਬਿਜਲੀ ਨੇਤਾ ਸਾਡੇ ਹਨੇਰੇ ਘਰਾਂ ਨੂੰ ਰੋਸ਼ਨ ਕਰ ਦਿੱਤਾ ਹੈ ਅੱਜ ਘਰ ਬਾਹਰ ਦਹਾਰ ਕੰਮ ਬਿਜਲੀ ਨਾਲ ਹੋ ਰਿਹਾ ਹੈ ਘਰ ਦਾ ਖਾਣਾ ਪਕਾਉਣਾ ਕੱਪੜੇ ਧੋਣਾ ਸਕੋਣਾ ਤੇ ਪ੍ਰੈਸ ਆਦ ਸਭ ਕੰਮ ਬਿਜਲੀ ਨਾਲ ਹੋ ਰਹੇ ਹਨ ਵੱਡੇ ਵੱਡੇ ਉਦਯੋਗਿਕ ਕਾਰਖਾਨੇ ਬਿਜਲੀ ਤੋਂ ਬਿਨਾ ਅਧੂਰੇ ਹਨ ਕਿਸਾਨ ਦੀਆਂ ਫਸਲਾਂ ਦੀ ਕੀਮਤ ਬਿਜਲੀ ਬਿਨਾ ਅੱਧੀ ਰਹਿ ਜਾਂਦੀ ਹੈ ਇਸ ਲਈ ਬਿਜਲੀ ਨੇ ਬੰਦੇ ਦੀ ਜ਼ਿੰਦਗੀ ਨੂੰ ਬੜਾ ਸੁੱਖ ਆਰਾਮ ਦਿੱਤਾ ਹੈ ਨੈਕਸਟ ਪੁਆਇੰਟ ਆਏਗਾ ਸੰਚਾਰ ਦੇ ਸਾਧਨ ਟੈਲੀਫੋਨ ਤਾਰ ਫੈਕਸ ਈਮੇਲ ਇੰਟਰਨੈਟ ਆਧਨੀਤਾ ਮਨੁੱਖ ਨੂੰ ਇੱਕ ਦੂਸਰੇ ਦੇ ਬਹੁਤ ਨੇੜੇ ਕਰ ਦਿੱਤਾ ਹੈ ਜਦੋਂ ਦੀ ਆਈਐਸਟੀ ਸੇਵਾ ਸ਼ੁਰੂ ਹੋਈ ਹੈ ਮਨੁੱਖ ਨੂੰ ਬੜਾ ਹੀ ਆਰਾਮ ਹੋਇਆ ਹੈ ਬੰਦਾ ਅਮਰੀਕਾ ਕੈਨੇਡਾ ਇੰਗਲੈਂਡ ਜਾਂ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਥੋੜੇ ਜਿਹੇ ਪੈਸਿਆਂ ਨਾਲ ਗੱਲਬਾਤ ਕਰ ਸਕਦਾ ਹੈ ਨੈਕਸਟ ਆਏਗਾ ਆਰਾਮਦਾਇਕ ਚੀਜ਼ਾਂ ਦੀ ਦੇਣ ਗਰਮੀਆਂ ਵਿੱਚ ਪੱਖੇ ਕੂਲਰ 에ਅਰ ਕੰਡੀਸ਼ਨ ਕਮਰੇ ਨੂੰ ਠੰਡਾ ਠਾਰ ਕਰ ਦਿੰਦੇ ਹਨ ਸਰਦੀਆਂ ਵਿੱਚ ਹੀਟਰ ਨਾਲ ਕਮਰਾ ਨਿੱਗਾ ਕੀਤਾ ਜਾ ਸਕਦਾ ਹੈ ਟਾਈਪ ਮਸ਼ੀਨਾ ਅਤੇ ਕੰਪਿਊਟਰ ਨੇ ਮਨੁੱਖ ਨੂੰ ਹੱਥੀ ਲਿਖਣ ਤੋਂ ਬਚਾ ਲਿਆ ਹੈ ਨੈਕਸਟ ਆਏਗਾ ਉਦਯੋਗਿਕ ਖੇਤਰ ਵਿੱਚ ਯੋਗਦਾਨ ਇਹਦੇ ਵਿੱਚ ਲਿਖਾਂਗੇ ਕਾਰਖਾਨਿਆਂ ਤੇ ਹੋਰ ਦਸਤਕਾਰੀਆਂ ਦੇ ਖੇਤਰ ਵਿੱਚ ਤਾਂ ਵਿਗਿਆਨ ਦੁਆਰਾ ਇੱਕ ਇਨਕਲਾਬ ਹੀ ਆ ਗਿਆ ਹੈ ਆਟੋਮੈਟਿਕ ਮਸ਼ੀਨਾਂ ਨਾਲ ਦਸਤਕਾਰੀ ਦੀ ਉਪਜ ਵਧ ਰਹੀ ਹੈ ਨੈਕਸਟ ਪੁਆਇੰਟ ਆਏਗਾ ਖੇਤੀਬਾੜੀ ਦੇ ਖੇਤਰ ਵਿੱਚ ਯੋਗਦਾਨ ਅੱਜ ਖੇਤੀਬਾੜੀ ਬਲਦਾਂ ਦੀ ਥਾਂ ਟਰੈਕਟਰਾਂ ਨਾਲ ਹੋ ਰਹੀ ਹੈ ਖੂਹਾਂ ਦੀ ਥਾਂ ਟਿਊਬਵੈੱਲ ਹੱਥਾਂ ਨਾਲ ਫਸਲਾਂ ਦੀ ਗੁੜਾਈ ਕਟਾਈ ਦੀ ਤਾਂ ਇਹ ਸਾਰਾ ਕੰਮ ਮਸ਼ੀਨਾਂ ਨਾਲ ਹੋ ਰਿਹਾ ਹੈ ਫਸਲਾਂ ਲਈ ਕੀੜੇ ਮਾਰ ਦਵਾਈਆਂ ਬਣ ਗਈਆਂ ਹਨ ਅਨਾਜ ਗੱਡੀਆਂ ਦੀ ਤਾਂ ਟਰੱਕਾਂ ਤੇ ਟਰਾਲੀਆਂ ਦੁਆਰਾ ਮੰਡੀਆਂ ਵਿੱਚ ਜਾਂਦਾ ਹੈ ਇਸ ਹਰੇ ਇਨਕਲਾਬ ਕਾਰਨ ਦੇਸ਼ ਖੁਰਾਕ ਦੇ ਹਰ ਖੇਤਰ ਵਿੱਚ ਆਤਮ ਨਿਰਭਰ ਹੋ ਗਿਆ ਹੈ ਹੁਣ ਆਏਗਾ ਇਹਦੀਆਂ ਹਾਨੀਆਂ ਠੀਕ ਹੈ ਕਿ ਵਿਗਿਆਨ ਦੀਆਂ ਸਾਨੂੰ ਕਿਹੜੀਆਂ ਹਾਨੀਆਂ ਨੇ ਲਿਖਦੇ ਹਾਂ ਅਸੀਂ ਉਸ ਸਮੇਂ ਹੈਰਾਨ ਹੁੰਦੇ ਹਾਂ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਵਿਗਿਆਨ ਨੇ ਪਰਮਾਣੂ ਬੰਬ ਜਿਹੀਆਂ ਮਾਰੂ ਕਾਟਾਂ ਵੀ ਕੱਢੀਆਂ ਹਨ ਅੱਜ ਦੀ ਲੜਾਈ ਤੀਰਾਂ ਤਲਵਾਰਾਂ ਦੀ ਥਾਂ ਮਾਰੂ ਹਥਿਆਰਾਂ ਨਾਲ ਹੋਣ ਲੱਗ ਪਈ ਹੈ ਬੰਬ ਮਸ਼ੀਨ ਗੰਨਾ ਨਿਊਕਲੀਅਰ ਬੰਬ ਜੈ ਰੀਲੀਆ ਗੈਸਾ ਆਦ ਮਨੁੱਖਤਾ ਲਈ ਸਰਾਫਨ ਇਹਨਾਂ ਤੋਂ ਇਲਾਵਾ ਵਿਗਿਆਨ ਦੁਆਰਾ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ ਸਾਡੇ ਆਮ ਜੀਵਨ ਵਿੱਚੋਂ ਸਾਦਗੀ ਆਪਸੀ ਮਿਲਵਰਤਨ ਤੇ ਸਤਿ ਬਾਉਨਾ ਖਤਮ ਹੋ ਰਹੀ ਹੈ ਇਹਨਾਂ ਸਬਨਾ ਦੀ ਥਾਂ ਨਫ਼ਰਤ ਈਰਖਾ ਅਤੇ ਹੰਕਾਰ ਨੇ ਲੈ ਲਈ ਹੈ ਲਾਸਟ ਆਏਗਾ ਸਾਰੰਸ਼ ਜਿਸ ਚ ਲਿਖਾਂਗੇ ਹਰ ਚੀਜ਼ ਦੇ ਲਾਭ ਨਾਲ ਨੁਕਸਾਨ ਵੀ ਹੁੰਦੇ ਹਨ ਹਾਨੀ ਨੂੰ ਲਾਭ ਵਿੱਚ ਬਦਲਣਾ ਬੰਦੇ ਦੀ ਸੋਚ ਅਤੇ ਵਰਤੋ ਤੇ ਨਿਰਭਰ ਕਰਦਾ ਹੈ ਜੇ ਬੰਦਾ ਇਹਨਾਂ ਸਮੂcjੀਆਂ ਕਾਢਾਂ ਨੂੰ ਸੰਸਾਰ ਦੀ ਉਨਤੀ ਤੇ ਖੁਸ਼ਹਾਲੀ ਲਈ ਵਰਤੇ ਤਾਂ ਮਨੁੱਖਤਾ ਦਾ ਕਲਿਆਣ ਹੋ ਸਕਦਾ ਹੈ ਪਰ ਜੇ ਬੰਦਾ ਆਪਣੇ ਸਵਾਰਥ ਲਈ ਵਰਤੇ ਤਾਂ ਬਰਬਾਦੀ ਤੋਂ ਸਿਵਾਏ ਹੋਰ ਕੁਝ ਵੀ ਹੱਥ ਨਹੀਂ ਆਉਂਦਾ ਤੇ ਬੱਚਿਓ ਇਹ ਸੀ ਸਾਡਾ ਲੇਖ ਵਿਗਿਆਨ ਦੀਆਂ ਕਾਢਾਂ ਆਸ ਕਰਦੀ ਹਾਂ ਕਿ ਤੁਸੀਂ ਇਸ ਲੈਕਚਰ ਜਰੂਰ ਕੁਝ ਸਿੱਖਿਆ ਹੋਏਗਾ ਅਤੇ ਤੁਸੀਂ ਆਪਣੇ ਪੇਪਰ ਦੇ ਵਿੱਚ ਜਰੂਰ ਇਸ ਨੂੰ ਲਿਖ ਕੇ ਆਇਆ ਆਓਗੇ ਅਗਰ ਵੀਡੀਓ ਵਧੀਆ ਲੱਗੀ ਹੋਵੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣੇ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਕਰਿਓ